ਪਟਿਆਲਾ ਨੂੰ ਛਿੜਕ ਜਾਂਦੀ ਹੈ। ਇੱਥੇ ਬਹੁਤ ਪੁਰਾਤਨ ਸਾਡੇ ਰੁੱਖ ਖੜ੍ਹੇ ਆ, ਜਿੰਨਾ 'ਚ ਪਿੱਪਲ ਵੀ ਆ, ਬੋੜ ਵੀ ਆ, ਨਿੰਮਾਂ ਨੇ, ਕਿੱਕਰਾਂ ਨੇ, ਟਾਹਲੀਆਂ ਨੇ, ਸਾਰੇ ਤਰ੍ਹਾਂ ਦੇ ਦਰੱਖਤ। ਤਾਂ ਉਹਨਾਂ ਨੂੰ ਸਰਕਾਰ ਪੱਟ ਰਹੀ ਹੈ, ਸਰਕਾਰ ਕਹਿ ਰਹੀ ਹੈ ਕਿ ਅਸੀਂ ਸੜਕ ਚੌੜੀ ਕਰਦੇ। ਅਸੀਂ ਸੜਕ ਚੌੜੀ ਕਰਨ ਦੇ ਵਿਰੋਧ 'ਚ ਨਹੀਂ ਆ, ਇਹ ਸੜਕ ਬਿਲਕੁਲ ਇਸ ਗੱਲ ਨਾਲ ਸਹਿਮਤ ਆ ਕਿ ਸੜਕ ਭੀੜੀ ਆ, ਸੜਕ ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ। ਤਾਂ ਅਸੀਂ ਇਹਦੇ ਲਈ ਸਾਡੇ ਨਾਲ ਟੀਮ ਜਿਹੜੀ ਸਾਡੀ PAC ਆ, ਉਹਨੇ NGT ਕੋਲ ਕੇਸ ਪਾਇਆ ਸੀ ਇਹ ਸੜਕ ਨੂੰ ਲੈ ਕੇ, ਕਿ ਇਹ ਜਿਹੜਾ ਰੁੱਖ ਕੱਟਣ ਤੋਂ ਪਹਿਲਾਂ, ਵੱਢਣ ਤੋਂ ਪਹਿਲਾਂ ਤੁਸੀਂ ਇਹਨਾਂ ਨਾਲ ਜ਼ਮੀਨ ਕਵੈਰ ਕਰਕੇ ਉੱਥੇ ਰੁੱਖ ਲਾਓ, ਫਿਰ ਇਹਨੂੰ ਤੁਸੀਂ ਪੱਟ ਸਕਦੇ ਹੋ। ਅਤੇ ਉਹਦੇ ਲਈ NGT ਨੇ 2 ਵਾਰੀ ਨੋਟਿਸ ਕੀਤਾ ਹੋਇਆ ਪੰਜਾਬ ਸਰਕਾਰ ਨੂੰ ਵੀ ਤੁਸੀਂ, ਇੱਕ ਤਾਂ ਜਿਹੜੇ ਛੋਟੇ ਰੁੱਖ ਨੇ ਜਿਹੜੇ ਖੁੱਗੇ ਜਾ ਸਕਦੇ ਆ, ਟਰਾਂਸਪਲਾਂਟ ਹੋ ਸਕਦੇ, ਵੀ ਇੱਕ ਥਾਂ ਦੂਜੀ ਥਾਂ ਲੱਗ ਸਕਦੇ ਆ, ਉਹ ਪੱਟ ਕੇ ਖੋਕੇ ਲਾਓ ਅਤੇ ਦੂਜੇ ਨਾਲ ਜ਼ਮੀਨ ਕਵੈਰ ਕਰੋ ਇਹ ਰੁੱਖ ਲਾਉਣ ਦੀ ਗੱਲ। ਇਹ ਸਾਰੀ ਕਿੰਨੀ ਹਰੀ ਭਰੀ ਤੁਸੀਂ ਦੇਖੋਗੇ ਸੜਕ ਹੈ, ਦਰਵਾਜ਼ਾ ਬਣਿਆ ਹੋਇਆ, ਇੰਨੇ ਮਤਲਬ ਸੰਘਣੇ ਰੁੱਖ ਲੱਗੇ ਹੋਏ ਨੇ ਉੱਤੇ, ਬਿਲਕੁਲ ਵੀ ਤੁਹਾਨੂੰ ਪਟਿਆਲੇ ਤੋਂ ਲੈ ਕੇ ਸਰਹੰਦ ਤੱਕ ਧੁੱਪ ਨਹੀਂ ਮਿਲਣੀ, ਇੰਨੇ ਛਾਂ ਆ ਗਈ। ਤਾਂ ਜਦੋਂ ਸਾਰੇ ਰੁੱਖ ਕੱਟੇ ਜਾਣਗੇ, ਸਾਰੀ ਸੜਕ ਹੀ ਰੁੰਡ ਮਰੁੰਡ ਹੋ ਜਾਣੀ ਹੈ, ਇਹ ਤਾਂ ਐਂ ਲੱਗੂ ਜਿਵੇਂ ਰਾਜਸਥਾਨ 'ਚ ਫਿਰਦੇ ਨੇ, ਬੀਕਾਨੇਰ ਫਿਰਦੇ ਨੇ। ਤਾਂ ਉਹਦੇ ਲਈ ਇਹਨਾਂ ਨੇ, ਸਰਕਾਰ ਨੇ NGT ਦੇ ਨੋਟਿਸ ਦਾ ਕੋਈ ਜਵਾਬ ਦੇਣ ਦੀ ਬਜਾਏ ਕੋਈ ਪਰਵਾਹ ਨਹੀਂ ਕੀਤੀ, ਰੁੱਖ ਪੱਟਣੇ ਸ਼ੁਰੂ ਕਰਤੇ। ਅੱਜ ਦੁਬਾਰਾ ਫਿਰ NGT ਦੇ ਕੋਲ ਇਸੇ ਕੇਸ ਦੀ ਤਰੀਕ ਸੀ, ਅੱਜ ਦੁਬਾਰਾ ਫਿਰ NGT ਨੇ ਕਿਹਾ ਵੀ ਤੁਸੀਂ ਜਿਹੜੇ ਛੋਟੇ ਰੁੱਖ ਨਹੀਂ ਪੱਟ ਸਕਦੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਜਾਂ ਪਟਿਆਲਾ ਜ਼ਿਲ੍ਹਾ ਜਿੱਥੇ ਹੀ ਪੈਂਦੇ ਆ ਉੱਥੇ ਉਹਨਾਂ ਨੂੰ ਖੋਕੇ ਲਾਇਆ ਜਾਵੇ, ਕਿਉਂਕਿ ਸਭ ਤੋਂ ਜ਼ਿਆਦਾ ਪੂਰੇ ਪੰਜਾਬ ਦੇ ਵਿੱਚੋਂ ਇਤਿਹਾਸਕ ਧਰਤੀ ਹੈ ਫਤਿਹਗੜ੍ਹ ਸਾਹਿਬ ਦੀ, ਉੱਥੇ ਸਭ ਤੋਂ ਘੱਟ ਰੁੱਖ 0.32 ਦੇ ਕਰੀਬ ਦੱਸਿਆ ਜਾਂਦਾ ਵੀ ਇੱਥੇ ਰੁੱਖ ਨੇ, ਜਦੋਂ ਕਿ ਮੇਰਾ ਜ਼ਿਲ੍ਹਾ ਬਠਿੰਡਾ ਕਹਿੰਦਾ ਬਠਿੰਡੇ ਦਾ ਟਿੱਬਿਆਂ ਦਾ ਜੀ ਉੱਥੇ ਰੁੱਖ ਨਹੀਂ, ਸਾਡੇ ਵੀ ਇਦੋਂ ਕਿਤੇ ਜ਼ਿਆਦਾ ਹੋਣੇ ਆ। ਅਤੇ ਇਸ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ, ਇਲਾਕੇ ਦੇ ਲੋਕ ਇਕੱਠੇ ਹੋਏ ਨੇ, ਵੱਖ ਵੱਖ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋਈਆਂ ਨੇ, ਅਸੀਂ ਅੱਜ ਇਹ ਮੀਟਿੰਗ ਕੀਤੀ ਆ, ਫੈਸਲਾ ਕੀਤਾ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਇਹ ਰੁੱਖ ਅਸੀਂ ਨਹੀਂ ਕੱਟਣ ਦੇਵਾਂਗੇ, ਜਿੰਨਾ ਚਿਰ ਸਰਕਾਰ ਪਾਸੇ ਜ਼ਮੀਨ ਕਵੈਰ ਕਰਕੇ ਰੁੱਖ ਲਾਉਣ ਦਾ ਪ੍ਰਬੰਧ ਨਹੀਂ ਕਰਦੀ, ਜਿੰਨਾ ਚਿਰ ਸਰਕਾਰ ਜਿਹੜੇ ਛੋਟੇ ਪੌਦੇ ਨੇ, ਛੋਟੇ ਬੂਟੇ ਨੇ ਜਿਹਨੂੰ ਖੋਕੇ ਲਾਇਆ ਜਾ ਸਕਦਾ, ਉਹਨਾਂ ਨੂੰ ਇੱਥੋਂ ਖੁੱਗ ਕੇ ਕਿਸੇ ਹੋਰ ਥਾਂ ਨਹੀਂ ਲਾ ਦਿੰਦੀ, ਉਹਦਾ ਪ੍ਰਬੰਧ ਨਹੀਂ ਕਰਦੇ, ਉਹਨਾਂ 'ਚ ਰਹੇ ਅਸੀਂ ਇੱਥੇ। ਇਹ ਸਾਰੀ ਅੱਜ ਟੀਮ ਸਾਡੀ ਇਕੱਠੀ ਹੋਈ ਆ, ਲੋਕ ਇਕੱਠੇ ਹੋਏ ਇਲਾਕੇ ਦੇ, ਬਹੁਤੇ ਲੋਕਾਂ ਦਾ ਮੈਂ ਤੁਹਾਨੂੰ ਦੱਸ ਦਿੰਦਾ ਵਿਰੋਧ ਕਰਦੇ ਨੇ ਇਸ ਗੱਲ ਦਾ, ਕਈ ਮੈਨੂੰ ਵੀ ਫੋਨ ਗਏ ਫਤਿਹਗੜ੍ਹ ਸਾਹਿਬ ਤੋਂ, ਪਟਿਆਲੇ ਤੋਂ, ਕਿ ਬਾਈ ਸੜਕ ਕਿਉਂ ਨਹੀਂ ਚੌੜੀ ਹੋਣ ਦਿੰਦੇ, ਤੁਸੀਂ ਸੜਕ ਦੇ ਵਿਰੋਧੀ ਹੋ, ਵਿਕਾਸ ਦੇ ਵਿਰੋਧੀ ਹੋ, ਇੱਥੇ ਐਕਸੀਡੈਂਟ ਹੁੰਦਾ, ਮੌਤਾਂ ਹੁੰਦੀਆਂ, ਬਹੁਤ ਭੀੜ ਭੜੱਕੇ ਵਾਲੀ ਸੜਕ ਆ। ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਸ ਗੱਲ ਦੇ ਲਈ ਸਾਡਾ ਵਿਰੋਧ ਨਾ ਕਰੋ ਵੀ ਅਸੀਂ ਸੜਕ ਚੌੜੀ ਨਹੀਂ ਹੋਣ, ਅਸੀਂ ਸੜਕ ਦੇ ਵਿਰੋਧ 'ਚ ਨਹੀਂ ਹਾਂ, ਅਸੀਂ ਕਹਿੰਦੇ ਰੁੱਖ ਬਚਣੇ ਚਾਹੀਦੇ, ਇਹ ਤੁਹਾਡੇ ਲਈ ਵੀ ਅਤੇ ਸਾਡੇ ਲਈ ਸਾਰਿਆਂ ਲਈ ਹੈ। ਸਾਡਾ ਮਕਸਦ ਇੰਨਾ ਹੀ ਆ ਵੀ ਇਹ 26,000 ਰੁੱਖਾਂ ਦਾ ਕਤਲ ਹੋਣ ਜਾ ਰਿਹਾ, ਇਹ ਤਾਂ ਤੁਸੀਂ ਦੇਖੋ ਜਿੰਨੀਆਂ ਵੀ ਸੜਕਾਂ, ਜਿੰਨੇ ਵੀ ਹਾਈਵੇ ਬਣੇ ਆ, ਲੱਖਾਂ ਹੀ ਰੁੱਖ ਕੱਟਤੇ, ਕੋਈ ਪਰਵਾਹ ਨਹੀਂ। ਹਾਲਾਂਕਿ NGT ਤਾਂ ਇਹ ਵੀ ਕਹਿੰਦੀ ਹੈ ਵੀ ਤੁਸੀਂ ਹਰਾ ਰੁੱਖ ਕਿਸੇ ਵੀ ਤਰੀਕੇ ਨਾਲ ਪੱਟ ਨਹੀਂ ਸਕਦੇ, ਪਰ ਇੱਥੇ ਕੋਈ ਪਰਵਾਹ ਨਹੀਂ ਕਿਸੇ ਕਾਨੂੰਨ ਦੀ, ਸਭ ਧੱਜੀਆਂ ਡਾਂਗੀਆਂ ਜਾ ਰਹੀਆਂ। ਸੋ ਅੱਜ ਇੱਥੋਂ ਸਰਕਾਰ ਨੂੰ, ਪ੍ਰਸ਼ਾਸਨ ਨੂੰ, DFO ਨਾਲ ਸਾਡੀ ਗੱਲ ਹੋ ਚੁੱਕੀ ਹੈ, DFO ਕਹਿੰਦੀ ਮੇਰੇ ਧਿਆਨ 'ਚ ਹੀ ਨਹੀਂ, ਹਾਲਾਂਕਿ ਸਾਡੀ ਟੀਮ ਦੇ ਮੈਂਬਰ ਨੇ ਕਪਿਲ ਅਰੋੜਾ ਜੀ, ਉਹਨਾਂ ਨੇ ਮੇਲ ਕੀਤੀ ਕਿ ਆਹ ਦੇਖੋ ਜੀ NGT ਦਾ ਨੋਟਿਸ ਆਇਆ ਹੋਇਆ, ਤੁਸੀਂ ਦੱਸੋ, ਕਹਿੰਦੇ ਮੇਰੇ ਕੋਲ ਤਾਂ ਪਹੁੰਚੇ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ। ਸਾਰੇ ਜਣੇ ਉਹੀ ਗੱਲ ਵੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਆ, ਗੁੰਮਰਾਹ ਕਰਨ ਵਾਲੀ ਗੱਲ ਆ, ਪਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ
ਕਿ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਇਹ ਰੁੱਖਾਂ ਦਾ ਕਤਲ ਹੋਣਾ ਰੋਕ ਸਕਦੇ ਹਾਂ, ਅਤੇ ਤੁਸੀਂ ਵੱਧ ਤੋਂ ਵੱਧ ਜਦੋਂ ਵੀ ਅਸੀਂ ਅਗਲਾ ਸੱਦਾ ਦੇਵਾਂਗੇ, ਚਾਹੇ ਸੜਕ 'ਤੇ ਬੈਠਣ ਦਾ ਦੇਗੇ, ਚਾਹੇ ਜਿੱਦੇ ਵੱਢਣ ਪੱਟਣਾ ਹੈ ਉੱਦੇ ਰੋਕਣ ਦੀ ਗੱਲ ਕਰੀਏ, ਉੱਦੇ ਵੱਡੀ ਦੇਖੋ ਸਰਕਾਰ ਨੇ ਆਪਣਾ ਜ਼ੋਰ ਲਾਉਣਾ, ਸਰਕਾਰ ਨੇ ਆਪਣੇ ਬਲ ਦਾ ਪ੍ਰਯੋਗ ਕਰਨਾ, ਤਾਂ ਲੋਕ ਹੀ ਆ ਜਿਹੜੇ ਰੋਕ ਸਕਦੇ ਆ, ਅਤੇ ਲੋਕਾਂ ਦੀ ਸਾਰਿਆਂ ਲਈ ਹੈ, ਇਹ ਇਕੱਲੇ ਇੱਕ ਬੰਦੇ ਲਈ ਨਹੀਂ ਹੈ। ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੱਦਾ ਦੇਵਾਂਗੇ, ਲਾਮਬੰਦੀ ਵੀ ਕਰਾਂਗੇ, ਅਤੇ ਪਿੰਡਾਂ 'ਚੋਂ ਲੋਕਾਂ ਨੂੰ ਇਕੱਠੇ ਕਰਕੇ ਜਿੱਦੇ ਇਹ ਵੱਢਣ ਲੱਗੇ ਉਹਦੇ ਆ ਕੇ ਮੌਕੇ 'ਤੇ ਰੋਕਾਂਗੇ ਵੀ, ਅਤੇ ਬੈਠਣਾ ਪਿਆ ਸੜਕ 'ਤੇ ਸੜਕ 'ਤੇ ਹੀ ਬੈਠਾਂਗੇ। ਇਹਦੀ ਜ਼ਿੰਮੇਵਾਰ ਸਰਕਾਰ ਹੈ, ਪ੍ਰਸ਼ਾਸਨ ਹੈ। ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਮਾਨ ਸਾਹਿਬ ਬਹੁਤ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਰਦੇ ਰਹੇ ਹੋ ਜਦੋਂ ਸੱਤਾ 'ਚ ਨਹੀਂ ਸੀਗੇ, ਜਦੋਂ ਕਦੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹੇ ਹਾਂ, MP ਵੀ ਬਣੇ ਹੋ, ਉਦੋਂ ਵੀ ਤੁਸੀਂ ਰੁੱਖਾਂ ਦੀ, ਪਾਣੀਆਂ ਦੀ ਗੱਲ, ਹਵਾਵਾਂ ਨੂੰ ਬਚਾਉਣ ਦੀ ਗੱਲ ਕਰਦੇ ਰਹੇ ਹੋ, ਬੜੇ ਬੜੇ ਉਪਦੇਸ਼ ਗੁਰਬਾਣੀ ਦੇ ਵਿੱਚੋਂ ਦਿੰਦੇ ਰਹੇ ਹੋ, ਤਾਂ ਅੱਜ ਇਹ ਬਹੁਤ ਵੱਡੀ ਸਮੱਸਿਆ। ਦੂਜੀ ਅਸੀਂ ਗੱਲ ਕਹਿਣਾ ਚਾਹੁੰਦੇ ਹਾਂ ਕਿ 24 ਅਗਸਤ ਨੂੰ ਬੁੱਢੇ ਦਰਿਆ ਦੇ ਲਈ, ਜੋ ਬੁੱਢੇ ਦਰਿਆ ਦੇ ਰਾਹੀਂ ਸਤਲੁਜ ਜਹਿਰਾਂ ਪਾਈਆਂ ਜਾ ਰਹੀਆਂ ਨੇ, ਪਹਿਲੇ 35-40 ਸਾਲ ਤੋਂ ਸਾਨੂੰ ਜ਼ਹਿਰਾਂ ਦੇ ਕੇ, ਕੈਮੀਕਲ ਦੇ ਕੇ, ਯੂਰੇਨੀਅਮ ਪਾ ਕੇ ਪਾਣੀਆਂ 'ਚ ਮਾਰਿਆ ਜਾ ਰਿਹਾ, ਸਾਡੇ ਜਵਾਕ ਅਪਾਹਜ ਪੈਦਾ ਹੋਣ ਲੱਗ ਗਏ, ਹਰ ਤਰ੍ਹਾਂ ਦੀ ਬਿਮਾਰੀ ਪੰਜਾਬੀਆਂ ਨੂੰ ਚੁੰਬ ਲੱਗੀ, ਧਰਤੀ ਨੂੰ ਕੈਂਸਰ ਹੋ ਗਿਆ, ਮੱਛੀਆਂ ਨੂੰ ਕੈਂਸਰ ਹੋ ਗਿਆ, ਸਾਡੇ ਪੰਛੀਆਂ ਨੂੰ, ਪਸ਼ੂਆਂ ਨੂੰ ਕੈਂਸਰ ਹੋ ਗਿਆ, ਕਾਲੇ ਪੀਲੇ ਹੋ ਗਏ, ਪਿੰਡਾਂ ਦੇ ਪਿੰਡ ਸਾਡੇ ਤਬਾਹ ਹੋ ਚੱਲੇ ਆ, ਉੱਜੜ ਚੱਲੇ ਆ, ਉਹਨੂੰ ਜ਼ਹਿਰਾਂ ਨੂੰ ਰੋਕਣ ਲਈ 24 ਅਗਸਤ ਨੂੰ ਅਸੀਂ ਵੱਡਾ ਮਾਰਚ, ਬੀਰਕਾ ਜਿਹੜਾ ਪਲਾਂਟ ਹੈ ਨਹਿਰ ਦੇ ਉੱਤੇ, ਉੱਥੋਂ ਸ਼ੁਰੂ ਕਰਨ ਜਾ ਰਹੇ ਹਾਂ, ਇੱਕ ਰੋ ਮਾਰਚ ਨੂੰ ਕਹਾਂਗੇ, ਅਤੇ 15 ਸਤੰਬਰ ਤੱਕ ਸਾਡਾ ਅਲਟੀਮੇਟਮ ਆ ਕਿ 15 ਸਤੰਬਰ ਨੂੰ ਹਰ ਹਾਲ ਦੇ ਵਿੱਚ ਅਸੀਂ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨ ਲੱਗੇ ਹਾਂ। ਲੁਧਿਆਣੇ ਉਹਦੇ ਲਈ ਲੋਕਾਂ ਨੂੰ ਅਪੀਲ ਹੈ ਕਿ 24 ਅਗਸਤ ਨੂੰ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਇਹ ਮਸਲਾ ਸਾਰਿਆਂ ਦਾ, ਨਾ ਸ਼ਹਿਰੀ ਦਾ, ਨਾ ਪੇਂਡੂ ਦਾ, ਨਾ ਅਮੀਰ, ਨਾ ਗਰੀਬ, ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ, ਪਾਣੀ ਦੀ ਹਰ ਇੱਕ ਨੂੰ ਲੋੜ ਹੈ, ਅਤੇ ਇਹ ਪਾਣੀ ਸਾਨੂੰ ਮਾਰ ਰਿਹਾ, ਇਹ ਪਾਣੀ ਸਾਡੇ ਲਈ ਵਰਦਾਨ ਸੀ, ਸਾਡੇ ਲਈ ਜੀਵਨ ਸੀ, ਇਹ ਪਾਣੀ ਸਾਡੇ ਲਈ ਸਰਾਪ ਬਣ ਗਿਆ, ਸਾਡੇ ਲਈ ਮੌਤ ਬਣ ਗਿਆ। ਸੋ ਆਓ ਯਾਰ ਆਪਾਂ ਆਪਣੇ ਪਾਣੀਆਂ ਨੂੰ, ਆਪਣੇ ਰੁੱਖਾਂ ਨੂੰ, ਆਪਣੀ ਧਰਤੀ, ਆਪਣੀ ਹਵਾਵਾਂ ਨੂੰ ਬਚਾਈਏ। ਤੁਸੀਂ ਭਗਵੰਤ ਮਾਨ ਦੀ ਗੱਲ ਕਰੀਏ, ਭਗਵੰਤ ਮਾਨ ਅੱਜ ਵਣ ਮਹਾਉਤਸਵ ਮਨਾ ਰਹੇ। ਹਾਂ, ਉਹ ਡਰਾਮੇ ਦੇਖੋ, ਵਣ ਮਹਾਉਤਸਵ ਮਨਾ ਤਾ ਜੀ, ਰੁੱਖ ਵੰਡ ਤੇ ਜੀ, ਸਰਕਾਰ ਦਾ ਕੋਈ ਮੰਤਰੀ ਆ ਗਿਆ, ਬੂਟਾ ਲਾ ਰਿਹਾ ਜੀ, ਉਹਨੂੰ ਪਾਣੀ ਪਾ ਰਹੇ ਹੈ ਜੀ, ਉਹ ਫੋਟੋਆਂ ਖਿੱਚੀਆਂ ਜਾ ਰਹੀਆਂ ਜੀ, ਉਹ ਚੈਨਲਾਂ ਦੇ ਚੱਲ ਰਿਹਾ ਵੀ ਮੰਤਰੀ ਸਾਹਿਬ ਨੇ ਅਜੇ ਇੰਨੇ ਰੁੱਖ ਲਵਾ ਤੇ, ਯਾਰ 26,000 ਰੁੱਖ ਜਿਹਦੀ, ਜਿਨ੍ਹਾਂ ਦੀ ਉਮਰ ਵਿੱਚ 50-50 ਸਾਲ ਵੀ ਹੋਣੀ ਆ, ਤੁਸੀਂ ਕਦਰ ਕਰ ਰਹੇ ਹੋ ਬਾਈ ਜੀ, ਕਿੰਨੇ ਕੁ ਐਸਟੀਮੇਟ ਦੇ ਮੁਤਾਬਕ ਹੋਣਗੇ ਜਿਹਦੇ ਪਟਿਆਲਾ ਰੁੱਖ ਕਿੰਨੇ ਚੱਲੇਗੇ? ਨਹੀਂ ਹਲੇ ਸ਼ੁਰੂ ਕੀਤਾ ਇਹਨਾਂ ਨੇ ਕੰਮ, ਇਹਨਾਂ ਨੇ ਪਰਸੋਂ ਚੌਥੇ ਸ਼ੁਰੂ ਕੀਤਾ, ਉੱਥੇ ਅਸੀਂ ਆ ਗਏ ਸੀ ਮੌਕੇ ਤੇ, ਇੱਕ ਵਾਰੀ ਠੇਕੇਦਾਰ ਨੂੰ ਰੋਕ ਗਏ ਹਾਂ, ਹੁਣ ਇਹ ਦੁਬਾਰਾ ਅਸੀਂ ਇਕੱਠ ਕੀਤਾ ਤਾਂ ਦੁਬਾਰਾ, ਕਿਉਂਕਿ ਕਰਨਗੇ ਜਿਸ ਤਰੀਕੇ ਨਾਲ ਇਹਨਾਂ ਨੇ ਪ੍ਰਸ਼ਾਸਨ ਦਾ ਰਵੱਈਆ ਹੈ ਕਿ ਨਹੀਂ ਜੀ ਤਾਂ ਕਾਨੂੰਨ ਮੁਤਾਬਕ ਹੋ ਰਿਹਾ, ਤਾਂ ਕਾਨੂੰਨ ਤਾਂ, ਪਰ ਕਾਨੂੰਨ ਮੁਤਾਬਕ ਅਸੀਂ ਚਿੱਠੀਆਂ ਜਿਹੜੀਆਂ ਭੇਜ ਚੁੱਕੇ ਹਾਂ, ਵੀ NGT ਦਾ ਜਵਾਬ ਦਿਓ, ਚਲੋ ਕਾਨੂੰਨ ਵੀ ਛੱਡ ਦਿਓ, ਅਸੀਂ ਕੁਦਰਤ ਨੂੰ ਵੀ ਸਾਂਭਣਾ, ਇਹ ਕੁਦਰਤ ਨੂੰ ਸੰਭਾਲਣ ਦਾ ਫਰਜ਼ ਕਿਹਦਾ, ਸਰਕਾਰਾਂ ਦਾ ਸਾਡਾ। ਅੱਜ ਤਾਂ ਹਰ ਥਾਂ ਸਾਡੀ ਸਾਰੀ ਟੀਮ ਬੈਠੀ ਹੈ, ਕਦੇ ਮੱਤੇਵਾੜੇ ਦੇ ਜੰਗਲ ਦੇ ਬਚਾਉਣ ਲਈ ਚਲੇ ਗਏ, ਕਦੇ ਪਾਣੀਆਂ ਦਾ ਮੁੱਦਾ ਉੱਠ ਖੜਿਆ ਉੱਥੇ ਚਲੇ ਗਏ, ਆ ਰੁੱਖਾਂ ਦਾ ਉੱਠ ਖੜਿਆ ਇੱਥੇ ਆ ਗਏ, ਇਹ ਜ਼ਿੰਮੇਵਾਰੀ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ, ਪੰਜਾਬ ਸਰਕਾਰ ਦੀ ਬਣਦੀ ਹੈ, ਪਰ ਇੱਥੇ ਸਰਕਾਰ ਨੂੰ ਜਗਾ ਰਹੇ ਨੇ ਲੋਕ, ਜਗਾਉਣ ਦੇ ਬਾਵਜੂਦ ਵੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਸਰਕਾਰ ਲਗਾਤਾਰ ਇਹ ਘਾਣ ਕਰ ਰਹੀ ਹੈ ਕੁਦਰਤ ਦਾ। ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਹੁਣ ਤਾਂ ਤੁਹਾਡੇ 'ਤੇ ਆਸ ਹੈ, ਤੁਸੀਂ ਉੱਠ ਕੇ ਸਾਡਾ ਸਾਥ ਦਿਓ ਅਤੇ ਆਪਾਂ ਇਹਨੂੰ ਰੁਕ ਸਕਦੇ। ਬਿਲਕੁਲ, ਇੱਥੇ ਇੱਕ ਲੋਕਲ ਜਿਹੜੀ ਇਹਨਾਂ ਪਿੰਡਾਂ ਦੇ ਵਿੱਚ ਕਮੇਟੀ ਬਣਾਈ ਗਈ ਹੈ, ਤਾਂ ਉਹਦੇ ਹਿਸਾਬ ਨਾਲ ਹੀ ਅਗਲੀ ਜਿਹੜੀ ਰਣਨੀਤੀ ਉਹ ਲਿਖੀ ਜਾਊ। ਹੈ ਅੱਜ ਤਾਂ ਬਹੁਤ ਚਿਰ ਦੇ ਲਾ ਰਹੇ ਹਾਂ, ਇਹ ਤਾਂ 15-16 ਸਾਲ ਤੋਂ ਲੱਗੇ ਪਏ ਹਾਂ, ਹਰ ਸਾਲ ਲਾਉਣੇ ਵੀ ਆ, ਲਵਾਉਣੇ ਵੀ ਆ, ਪਾਲਦੇ ਵੀ ਆ, ਸਾਂਭਦੇ ਵੀ ਆ, ਲੜਦੇ ਵੀ ਆ ਲੋਕਾਂ ਨਾਲ,
ਪਰਚੇ ਵੀ ਕਰਾਏ ਆ ਮੈਂ ਤਾਂ ਪਿੱਛੇ ਤੁਸੀਂ ਖਬਰ 'ਚ ਸੁਣੀ ਹੋਣੀ ਹੈ ਮੇਰੇ ਏਰੀਏ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਟਾਹਲੀਆਂ ਪੱਟਤੀਆਂ ਸੀ ਲੋਕਾਂ ਨੇ ਸੜਕਾਂ ਤੇ ਖੜੀਆਂ ਖਾਲਾਂ ਤੇ ਖੜੀਆਂ ਮੈਂ ਤਾਂ ਚੋਰੀ ਦਾ ਪਰਚਾ ਕਰਾਇਆ ਬੰਦਿਆਂ ਤੇ ਟਾਹਲੀਆਂ ਚੋਰੀ ਪੱਟ ਕੇ ਲੈ ਕੇ ਗਏ ਆ 10 ਦਿਨ ਮੈਂ ਉਹ ਲਾਈ ਲੜਿਆ ਫਿਰ ਮੈਂ ਅਖੀਰ ਤੇ ਜਾ ਕੇ ਕਿਹਾ ਮੈਂ ਟਾਹਲੀਆਂ ਮੈਂ ਜਿਹੜੀਆਂ ਛੁੱਟੀਆਂ ਪਈਆਂ ਪੱਟੀਆਂ ਪਈਆਂ ਇਹ ਚੱਕ ਕੇ ਹਾਈਵੇ ਜਾਮ ਕਰੂੰਗਾ ਫਿਰ ਜਾ ਕੇ ਪ੍ਰਸ਼ਾਸਨ ਨੇ 379 ਦਾ ਪਰਚਾ ਦਿੱਤਾ ਆਹ ਸਾਡੇ ਸਾਰੀ ਮੇਰੀ ਟੀਮ ਆ ਡਾਕਟਰ ਅਮਨ ਜੀ ਬੈਠੇ ਆ ਜਸਕੀਰ ਜੀ ਬੈਠੇ ਆ ਲੰਬਾ ਜੀ ਬੈਠੇ ਸਾਰੀ ਟੀਮ ਬੈਠੀ ਇਹ ਉਹ ਆ ਜਿਨ੍ਹਾਂ ਨੇ ਮੱਤੇਵਾੜੇ ਦੇ ਜੰਗਲ ਨੂੰ ਬਚਾਉਣ ਲਈ ਬੜੀ ਜਦੋਜਹਿਦ ਕੀਤੀ ਲੱਖਾਂ ਰੁੱਖਾਂ ਨੂੰ ਬਚਾਇਆ ਸੋ ਇਹਦਾ ਬਹੁਤ ਚਿਰ ਤੋਂ ਲੱਗੇ ਹੋਏ ਵੱਡੀਆਂ ਜਿਹੜੇ ਵੱਡੇ ਘਰਾਣੇ ਆ ਨਾ ਵੱਡੇ ਕਾਰਪੋਰੇਟ ਨੇ ਜਿਹਨਾਂ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਸੈਂਟਰ ਸਰਕਾਰਾਂ ਨਾਲ ਜੁੜਦੀਆਂ ਜਿਹੜੇ ਲੱਖਾਂ ਕਰੋੜਾਂ ਰੁਪਇਆ ਚੜਾਵਾ ਚੜਾਉਂਦੇ ਆ ਉਧਰ ਉਹ ਖੜੇ ਆ ਇਧਰ ਆਮ ਲੋਕ ਖੜੇ ਆ ਇੱਥੇ ਬਾਈ ਜੀ ਬੈਠੇ ਆ ਇਹ ਹੁਣੀ ਦੱਸ ਰਹੇ ਸੀ ਇਹਨਾਂ ਦੇ ਇੱਥੋਂ ਨਹਿਰ ਆਉਂਦੀ ਆ ਕੀ ਨਹਿਰ ਬਾਈ ਦੀ ਹੈ ਨਾ 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 ਹਾਂਸਲਾ ਕੀ ਨਹਿਰ ਬਾਈ ਹਾਂਸਲਾ ਨਦੀ ਹਾਂਸਲਾ ਨਦੀ ਆਉਂਦੀ ਹੈ ਹਾਂ ਚੋਆ ਆਉਂਦਾ ਜਿਹੜਾ ਉਹ ਹੁਣ ਚੋਆ ਸਾਡੀ ਇਤਿਹਾਸਕ ਧਰਤੀ ਫਤਿਹਗੜ੍ਹ ਸਾਹਿਬ ਦੀ ਸਾਡੇ ਉੱਥੋਂ ਦੀ ਬਿਲਕੁਲ ਗੁਰੂ ਘਰ ਦੇ ਨਾਲ ਦੀ ਆਉਂਦਾ ਉਹ ਚੋਏ ਦੇ ਉੱਤੇ ਗਾਂ ਫੈਕਟਰੀ ਲਾਤੀ ਮੂਹਰੋਂ ਬੰਦ ਹੀ ਕਰਤਾ ਹਾਲਾਂਕਿ ਇਹ ਕੁਦਰਤੀ ਤੌਰ ਤੇ ਵੀ ਕਾਨੂੰਨੀ ਤੌਰ ਦੇ ਵੀ ਚੋਏ ਪੱਕੇ ਨਹੀਂ ਕੀਤੇ ਜਾਂਦੇ ਉਹਨੂੰ ਪੱਕਾ ਕਰਕੇ ਉਹਨੂੰ ਪੱਕੇ ਤੌਰ ਤੇ ਫੈਕਟਰੀ ਲਾਤੀ ਉਹ ਸਾਰਾ ਜਦੋਂ ਪਾਣੀ ਪਿੱਛੋਂ ਆਉਣਾ ਹੈ ਤਾਂ ਸਾਰਾ ਜਿੰਨਾ ਸਾਡੇ ਤੋਂ ਗੁਰੂ ਘਰ ਆ ਉਹ ਸਾਰੇ ਡੁੱਬਣਗੇ ਉਹ ਢਹਿਣਗੇ ਕੋਈ ਪਰਵਾਹ ਨਹੀਂ ਸੋ ਲੋਕਾਂ ਨੂੰ ਅਪੀਲ ਆ ਕਿ ਲੋਕੋ ਉੱਠੋ ਯਾਰ ਹੁਣ ਤਾਂ ਬਹੁਤ ਜ਼ਬਰ ਦੀ ਇੰਤਹਾ ਹੋ ਗਈ ਬੰਨ ਲਾ ਕੇ ਸਰਹੰਦ ਬਚਾਇਆ ਸੀ ਪਹਿਲਾਂ ਜਦੋਂ ਜਹਿਦ ਆ ਨਾ ਇਹ ਪੰਜਾਬ ਹੈਗਾ ਆ ਸਾਡੇ ਰਹਿਣ ਦੇ ਲਈ ਜਿਹੜੀ ਵੱਡੀ ਲੜਾਈ ਇਹ ਆ ਵੀ ਸਾਡੇ ਰਹਿਣ ਲਈ ਇਹ ਕਿੱਤਾ ਬਚਿਆ ਰਹੇ ਔਰ ਬਹੁਤ ਸਾਰੀਆਂ ਜਗ੍ਹਾ ਤੇ ਸਾਡਾ ਕਿੱਤਾ ਰਹਿਣ ਲਾਇਕ ਨਹੀਂ ਰਿਹਾ ਜਿੱਥੇ ਅਸੀਂ ਅੱਜ ਬੈਠੇ ਹਾਂ ਨਾ ਇਹ ਉੱਧਰ ਨੂੰ ਪਹਿਲਾਂ ਕਦਮਿਆਂ ਤੇ ਲੁਧਿਆਣਾ ਭੁਗਤਣ ਡਿਆ ਆ ਪਹਿਲਾਂ ਸੜਕ ਚੌੜੀ ਹੁੰਦੀ ਹੈ ਫਿਰ ਆਲੇ ਦੁਆਲੇ ਦੇ ਲਈ ਇਹਨਾਂ ਨੂੰ ਜ਼ਮੀਨਾਂ ਇੰਡਸਟਰੀਅਲ ਇਨਕਲੇਵ ਲਈ ਚਾਹੀਦੀਆਂ ਫਿਰ ਸਾਡਾ ਜਿਹੜਾ ਨਰੋਲ ਧਾਰਮਿਕ ਕਿੱਤਾ ਆ ਜਿੱਥੇ ਰਹਿਣ ਲਈ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜਿਹਨੂੰ ਅਸੀਂ ਅੱਜ ਤੱਕ ਇਹ ਸਮਝਦੇ ਰਹੇ ਹਾਂ ਵੀ ਇਹ ਬਹੁਤ ਅਲਾਮਤਾਂ ਤੋਂ ਬਚਿਆ ਹੋਇਆ ਆ ਜਿਹੜੀਆਂ ਅਲਾਮਤਾਂ ਅਸੀਂ ਲੁਧਿਆਣੇ ਵੇਖ ਰਹੀਆਂ ਆ ਵੇਖ ਲਈਆਂ ਉਹਦੀ ਇੱਥੇ ਇਹ ਨੀਂਹ ਪੱਥਰ ਆ ਪਟਿਆਲੇ ਵਾਲੇ ਪਾਸੇ ਨੂੰ ਫਤਿਹਗੜ੍ਹ ਸਾਹਿਬ ਦਾ ਜਿਹੜਾ ਇਲਾਕਾ ਆ ਉਹਦੇ ਵਿੱਚ ਇੰਨੇ ਕੁ ਇੰਡਸਟਰੀਅਲ ਯੂਨਿਟ ਲਾਤੇ ਆ ਕਿ ਉਹਨਾਂ ਨੇ ਪਾਣੀ ਥੱਲੇ ਪਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਅਸੀਂ ਆਪਣੀ ਜਿਹੜੀ ਜ਼ਮੀਨ ਆ ਜਿੱਥੇ ਸਾਡੇ ਲੋਕ ਰਹਿੰਦੇ ਆ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਇਹ ਨਹੀਂ ਦੇਖ ਸਕਦੇ ਵੀ ਅੱਜ ਜਦੋਂ ਪੰਜਾਬ ਦੇ ਵਿੱਚ ਇੱਕ ਸਿਲਕ ਰੂਟ ਤੇ ਪੰਜਾਬ ਆ ਗਿਆ ਜਿੱਥੇ ਕਿ ਕੱਲ੍ਹ ਨੂੰ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਪੈਸਾ ਦੀਦਾ ਆ ਇਹ ਚਾਹੁੰਦੇ ਵੀ ਇਹ ਇਲਾਕਾ ਉੱਜੜ ਜਾਵੇ ਤੇ ਇੱਥੋਂ ਹੋਰ ਲੋਕ ਜਿਹੜੇ ਲਿਆ ਕੇ ਅਸੀਂ ਵਸਾ ਦਈਏ ਸਿਰਫ ਡਿਵੈਲਪਮੈਂਟ ਦੇ ਨਾਂ ਤੇ ਫਟਾਫਟ ਸੜਕਾਂ ਚੌੜੀਆਂ ਕਰਕੇ ਆਹ ਵੱਡਾ ਜਿਹੜਾ ਕਾਂਡ ਕੀਤਾ ਜਾ ਰਿਹਾ ਉਹਦੇ ਲਈ ਅਸੀਂ ਅੱਜ ਇੱਥੇ ਇੱਕ ਕਮੇਟੀ ਬਣਾ ਦਿੱਤੀ ਆ ਉਹ ਕਮੇਟੀ ਜਿਹੜੀ ਆ ਅੱਗੇ ਉਹਦਾ ਫੈਸਲਾ ਲਊਗੀ ਔਰ ਅਗਲੇ ਵੱਡੇ ਇਕੱਠ ਦੇ ਵਿੱਚ ਜੇ ਸਰਕਾਰ ਕਿਉਂਕਿ ਅੱਜ ਜਿਹੜਾ ਪਟੀਸ਼ਨ ਸਾਡਾ ਵਿੱਚ ਹੱਕ ਦੇ ਵਿੱਚ ਫੈਸਲਾ ਆਇਆ ਵੀ ਜਿਹੜੀ ਐਕਸਪਲੋਰ ਕਰੇ ਵੀ ਜਿਹੜੇ ਦਰਖਤ ਆ ਇੱਥੋਂ ਟਰਾਂਸਪਲਾਂਟ ਹੋਣੇ ਚਾਹੀਦੇ ਆ ਪਹਿਲਾਂ ਵੀ ਇੱਕ ਲੁਧਿਆਣੇ 1-2 ਹਜ਼ਾਰ ਦਰਖਤ ਟਰਾਂਸਪਲਾਂਟ ਹੋ ਚੁੱਕੇ ਆ ਜਿਹੜੇ ਇਹਦੇ ਨਾਲੋਂ ਵੀ ਵੱਡੇ ਸੀ ਅਤੇ ਅਸੀਂ ਬਹੁਤ ਆਸਵੰਦ ਹਾਂ ਇਹ ਜਿਹੜਾ ਪ੍ਰੋਜੈਕਟ ਆ ਜਿਹੜਾ ਸਰਕਾਰ ਨੇ ਵਿੱਢਿਆ ਆ ਕੰਮ ਇਹਨੂੰ ਸੋਧ ਕੇ ਚੰਗੇ ਤਰੀਕੇ ਦੇ ਨਾਲ ਨਵਿਆ ਕੇ ਸੜਕ ਨੂੰ ਜਿਹੜਾ ਚਲਾਉਣਗੇ ਜਾਂ ਇੱਥੇ ਐਕੁਆਇਰ ਕਰ ਲੈਣ ਜਾਂ ਫਿਰ ਗ੍ਰੀਨ ਫੀਲਡ ਜਿਹਨੂੰ ਅਸੀਂ ਕਹਿੰਦੇ ਹਾਂ ਨਵੀਂ ਜ਼ਮੀਨ ਐਕੁਆਇਰ ਕਰਕੇ ਨਵਾਂ ਹਾਈਵੇ ਤੁਸੀਂ ਦਿੱਲੀ ਰੋਡ ਨਾਲ ਜੋੜਨਾ ਤੁਸੀਂ ਉਹ ਜੋੜ ਲਓ ਜੇ ਜਾਮਨਗਰ ਤੋਂ ਅੰਮ੍ਰਿਤਸਰ ਜ਼ਮੀਨ ਲੱਭ ਸਕਦੀ ਆ ਜੇ ਦਿੱਲੀ ਤੋਂ ਕਟੜਾ ਨਹੀਂ ਲੱਭ ਸਕਦੀ ਆ ਤਾਂ ਸਾਡੇ ਪੰਜਾਬ ਨੂੰ ਜਿਹੜਾ ਹਾਈਵੇ ਚਾਹੀਦਾ ਆ ਉਹਦੇ 'ਤੇ ਕਿਉਂ ਨਹੀਂ ਜ਼ਮੀਨ ਐਕੁਆਇਰ ਕੀਤੀ ਇਹ ਮੁੱਦਾ ਮੌਤਾਂ ਦਾ ਵੀ ਆ ਇਹ ਮੁੱਦਾ ਵਾਤਾਵਰਣ ਦਾ ਵੀ ਆ
ਕਿੰਨੇ ਕੁ ਜਿਹੜੇ ਦਰਖਤ ਦੇ ਚਪੇਟ ਦੇ ਵਿੱਚ ਆ ਰਹੇ ਨੇ, ਕਿੰਨੇ ਕੁ? ਉਹਦੀ ਵੀ ਜਿਹੜੀ ਗਿਣਤੀ ਹੈ ਸਹੀ ਨਹੀਂ ਕੀਤੀ ਗਈ, ਇਹਦਾ ਅੰਕੜਾ ਦੇਖੋ 26,000 ਦਾ ਹੈਗਾ ਹੀ ਹੈਗਾ, ਪਰ ਉਸ ਤੋਂ ਵੱਧ ਵੀ ਹੋ ਸਕਦਾ। ਇਹਦੇ ਵਿੱਚ ਕੱਲ ਨੂੰ ਕੋਈ ਘਟਾਲਾ ਵੀ ਹੋ ਸਕਦਾ, ਇਹਦੇ ਵਿੱਚ ਕਿਸੇ ਦਾ ਫਾਇਦਾ ਵੀ ਹੋ ਸਕਦਾ। ਮੰਨ ਲਓ ਅਸੀਂ ਉਹ ਘਟਾਲਾ ਪ੍ਰੂਵ ਕਰ ਦਿੰਦੇ ਹਾਂ, ਸਰਕਾਰ ਤੇ ਪਿੰਨੀਆਂ ਤੋਂ ਬਾਜ਼ ਨਹੀਂ ਆਉਣ ਡਈ, ਤੇ ਐਡਾ 26,000 ਰੁਕਦਾ ਕੋਈ ਸੌਖਾ ਠੇਕਾ ਮਿਲਦਾ ਹੋਵੇ, ਪੈਸੇ ਬਣਦੇ ਹੋਣ, ਕੌਣ ਕੌਣ ਉਹਦੇ ਵਿੱਚ ਲੱਭੂਗਾ ਉਹਨੂੰ? ਜੇ ਕੱਲ ਨੂੰ ਅਸੀਂ ਲੱਭ ਵੀ ਲਿਆ ਸਾਡਾ 26,000 ਰੁੱਖ, ਅਸੀਂ ਦੁਬਾਰਾ 60 ਸਾਲ ਲੱਗਣਗੇ। ਇਹ ਸਰਕਾਰ ਨੂੰ ਅਸੀਂ 5 ਸਾਲ ਦੇ ਲਈ ਦਿੱਤਾ ਆ, ਇਹਨਾਂ ਦੇ ਕਰਜ਼ੇ 11 ਸਾਲ ਦੇ 15 ਸਾਲ ਦੇ ਆ, ਨੁਕਸਾਨ 60 ਸਾਲ ਦਾ ਆ, ਅਸੀਂ ਉਹਨੂੰ ਕਿਵੇਂ ਰਿਵਰਸ ਕਰਾਂਗੇ? ਇਸ ਲਈ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਵੀ ਜਿਹੜਾ ਸਾਡਾ 60 ਸਾਲ ਵਾਲਾ ਸਰਮਾਇਆ ਆ ਉਹਨੂੰ ਅਸੀਂ ਅੱਜ ਬਚਾ ਲਈਏ। ਇਹ ਕੋਈ ਕੰਧ ਨਹੀਂ ਆ ਵੀ ਸਰਕਾਰ ਨੂੰ ਜੁਰਮਾਨਾ ਲਾ ਕੇ ਕਹਿ ਦਾਂਗੇ ਦੁਬਾਰਾ ਬਣਾ ਦੇ, ਇਹ 60 ਸਾਲ ਦੇ ਰੁੱਖ ਆ। ਪ੍ਰਸ਼ਾਸਨ ਦੇ ਵੱਲੋਂ ਮੈਨੂੰ ਲੱਗਦਾ ਕੋਈ ਇੱਥੇ 500-700 ਦਰਖਤ ਅਸੀਂ ਵੱਢਿਆ ਵੇਖਿਆ ਆ। ਇਹਨਾਂ ਨੇ ਕੀ ਕੀਤਾ ਕਿ ਜਿਹੜੀ ਇਹਨਾਂ ਦੀ ਸਪੀਡ ਸੀ ਨਾ, ਇਹਨਾਂ ਨੇ ਤੇਜ਼ ਕਰਤੀ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ NGT ਦੇ ਵਿੱਚ ਕੇਸ ਚਲਾ ਗਿਆ। ਹੁਣ NGT ਨੇ ਇਹਨਾਂ ਨੂੰ ਨੋਟਿਸ ਕੱਢ ਦਿੱਤਾ, ਉਹ ਨੋਟਿਸ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਦੋਂ ਜਵਾਬ ਦੇਣਾ ਉਸ ਤੋਂ ਪਹਿਲਾਂ ਅਸੀਂ ਸੜਕ ਜਿਹੜੀ ਆ ਸਾਰੇ ਬੂਟੇ ਜਿਹੜੇ ਚੱਕ ਦਈਏ। ਜਿਹੜੀ ਇੱਕ ਗੈਰ ਜ਼ਿੰਮੇਦਾਰਾਨਾ, ਜਿਹੜੀ ਇੱਕ ਬੇਈਮਾਨੀ, ਜਿਹੜੀ ਉਹ ਸਰਕਾਰ ਦੀ ਦੀਦੀ ਸੀ, ਅੱਜ ਮੁੱਖ ਮੰਤਰੀ ਹੁਸ਼ਿਆਰਪੁਰ ਆ ਨਾ, ਜਿੱਥੇ ਪਹਿਲਾਂ ਹੀ ਰੁੱਖ ਹੈਗੇ ਆ। ਇੱਕ ਹੋਰ ਗੱਲ ਤੁਹਾਨੂੰ ਦੱਸਦਾ, ਇਹ ਰੋਪੜ ਤੇ ਹੁਸ਼ਿਆਰਪੁਰ ਦਾ ਨਾਂ ਲੈਂਦੇ ਆ, ਰੁੱਖ ਉੱਥੇ ਵੀ ਵੱਡੇ ਜਾਣ ਡਏ ਆ, ਉੱਥੇ ਵੀ ਸਾਡਾ ਟ੍ਰੀ ਕਵਰ ਜਿਹੜਾ ਆ ਘਟਣ ਡਿਆ ਆ। ਹਾਂਜੀ, ਹੁਣ ਇਹ ਕਾਨੂੰਨ ਕਹਿੰਦਾ ਵੀ 10 ਕਿਲੋਮੀਟਰ ਤੋਂ ਦੂਰ ਨਹੀਂ, ਤੁਸੀਂ ਜਿਹੜੀ ਪਲਾਂਟੇਸ਼ਨ ਵੀ ਕਰਨੀ ਹੈ ਕੰਪਨਸੇਸ਼ਨ, ਉਹ 10 ਕਿਲੋਮੀਟਰ 'ਚ ਹੋਣੀ ਚਾਹੀਦੀ ਆ। ਸੋ ਇੱਥੇ ਪੰਜਾਬ ਸਰਕਾਰ ਨੇ ਜੋ ਵੀ ਕੀਤਾ ਉਹਦੇ ਵਿੱਚ ਸਾਰੇ ਤਰ੍ਹਾਂ ਦੇ ਜਿਹੜੇ ਕਾਨੂੰਨ ਆ ਉਹਨੂੰ ਛਿੱਕੇ ਟੰਗ ਕੇ ਬਾਹਰੇ ਜਾ ਕੇ ਇਹ ਕਾਂਡ ਜਿਹੜਾ ਇਹਨਾਂ ਨੇ ਇੱਥੇ ਕੀਤਾ। ਅਸੀਂ ਮੰਗ ਕਰਦੇ ਹਾਂ ਤੁਸੀਂ ਸਾਡੇ ਲਈ ਜ਼ਮੀਨ ਅਕਵਾਇਰ ਕਰੋ, ਨਵੀਂ 4-ਲੇਨ ਸੜਕ ਖੇਤਾਂ ਦੇ ਵਿੱਚੋਂ ਹਾਈਵੇ ਦੇ ਬਣਾ ਦਿਓ, ਸਾਡੇ ਨਵੇਂ ਪਿੰਡ ਜੁੜਨਗੇ, ਉੱਥੇ ਸਾਡੇ ਲੋਕਾਂ ਦੀ ਜਾਨ ਵੀ ਨਹੀਂ ਜਾਊਗੀ। ਤੁਸੀਂ ਇੱਥੇ ਲੋਕਾਂ ਦੇ ਵਿਹੜਿਆਂ ਦੇ ਸਕੂਲਾਂ ਦੇ ਮੂਹਰਿਓਂ ਟਰੱਕ ਕੱਢ ਦੇਣੇ ਆ, ਸਾਡੇ ਬੱਚਿਆਂ ਨੂੰ ਖਤਰਾ, ਇੱਥੇ ਬੜਾ ਵੱਡਾ ਖਤਰਾ ਆ। ਇੱਥੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਹੀ ਆ, ਅਸੀਂ ਉਹਦੇ ਵੀ ਵਿਰੋਧੀ ਹਾਂ, ਪਰ ਉਹ 2 ਵਾਰ CM ਰਿਹਾ, ਉਹਨੇ ਇੱਥੇ ਦਰਖਤਾਂ ਨੂੰ ਹੱਥ ਨਹੀਂ ਲਾਇਆ। ਉਦੋਂ ਉਹਨੂੰ ਕੋਈ ਨਾ ਕੋਈ ਚੀਜ਼ ਦੀਦੀ ਹੋਊਗੀ, ਇੱਥੋਂ ਦੀ ਗ੍ਰੀਨਰੀ ਦੀਦੀ ਹੋਊਗੀ, ਨਹੀਂ ਇੱਥੋਂ ਦਾ ਮੁੱਖ ਮੰਤਰੀ ਸੀ। ਇਹ ਤੇ ਪਹਿਲੀ ਸੜਕ ਹੁੰਦੀ ਜਿਹੜੀ ਚੌੜੀ ਹੁੰਦੀ, ਭਗਵੰਤ ਮਾਨ ਨੂੰ 92 MLA ਨੇ ਸਾਥ ਉਹਨੂੰ ਦਿੱਤਾ, ਲੋਕਾਂ ਨੇ ਉਹਨੂੰ ਵੋਟ ਪਾਈ ਆ, ਸਾਡੇ ਸੋਮੇ ਬਖਸ਼ ਦੇਵੇ, ਇੱਥੋਂ ਦਾ ਕੋਈ ਨਵਾਂ ਸਰਵੇ ਕਰਾ ਕੇ ਨਵੀਂ 4-ਲੇਨ ਰੋਡ ਕੱਢ ਲੈਣ, ਜਿੱਥੇ 50,000 ਕਰੋੜ ਦੇ ਸੜਕਾਂ ਸਾਡੀਆਂ ਬਣ ਰਹੀਆਂ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ, ਆਹ ਤਾਂ ਸਾਨੂੰ ਚਾਹੀਦੀ ਆ। ਅਤੇ ਕਿੱਡਾ ਔਖਾ ਕੰਮ ਸੀ, ਬਿਨਾਂ ਜ਼ਮੀਨ ਅਕਵਾਇਰ ਕਰਦਿਆਂ ਜੇ ਸੜਕ ਕੋਈ ਚੌੜੀ ਹੁੰਦੀ ਆ ਉਹ ਖਤਰਾ ਆ, ਉਸ ਚੀਜ਼ ਨੂੰ ਦਰੁਸਤ ਕਰਨਾ ਚਾਹੀਦਾ। ਤੁਸੀਂ ਜ਼ਮੀਨ ਚਾਹੇ ਇੱਥੇ ਅਕਵਾਇਰ ਕਰੋ ਜਾਂ ਨਵੀਂ ਗ੍ਰੀਨਫੀਲਡ ਕਰੋ ਜਾਂ ਪ੍ਰੋਜੈਕਟ ਨੂੰ ਰੋਕ ਕੇ ਅੱਗੇ ਪਾ ਦਿਓ, ਕੋਈ ਮਾੜੀ ਗੱਲ ਨਹੀਂ। ਅਸੀਂ ਸਰਕਾਰ ਦਾ, ਪੰਜਾਬ ਸਰਕਾਰ ਦਾ, ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਾਂਗੇ, ਇਹ ਜਿਹੜਾ ਕਾਂਡ ਆ ਉਹ ਨਾ ਕਰਨ, ਇਹਦੇ ਨਾਲ ਮੌਸਮ ਬਦਲ ਜਾਣਾ ਇਸ ਇਲਾਕੇ ਦਾ। ਅੱਜ ਸਾਰੇ ਦਾ ਸਾਰਾ ਰਾਜਸਥਾਨ ਵਧੀਆ ਮੌਨਸੂਨ ਦੇਖ ਕੇ ਹਟਿਆ। ਵੈਬਸਾਈਟ ਆ ਜਿਹੜੀ IMD ਦੀ, ਉਹਦੇ 'ਤੇ ਹਰੇ ਰੰਗ 'ਚ ਰਾਜਸਥਾਨ ਹੈ, ਲਾਲ ਰੰਗ 'ਚ ਪੰਜਾਬ ਹੈ। ਉਹਦਾ ਕਾਰਨ ਕੀ ਆ? ਜੇ ਦਰਖਤ ਨਹੀਂ ਤੇ ਮੀਂਹ ਨਹੀਂ ਚੋਂਦਾ, ਬੱਦਲਾਂ 'ਚੋਂ ਪ੍ਰੈਸੀਪੀਟੇਸ਼ਨ ਨਹੀਂ ਹੁੰਦੀ, ਤੇ ਤੁਹਾਨੂੰ ਕੀ ਲੱਗਦਾ ਤੁਸੀਂ 26,000 ਦਰਖਤ ਇੱਥੋਂ ਪਟਾ ਕੇ ਕੱਲ ਨੂੰ ਕਿਹੜੇ ਮੀਂਹ ਦੀ ਆਪਣੀ ਉਮੀਦ ਕਰ ਸਕਦੇ ਆ? ਬਹੁਤ ਬਹੁਤ ਧੰਨਵਾਦ। ਬਲਵੰਤ ਸਿੰਘ ਹੈ ਜੀ, ਅੱਜ ਕੀ ਕਹਿਣਾ ਚਾਹੋਗੇ ਜਿਹੜਾ ਰੋਡ ਬਣ ਰਿਹਾ ਜੀ? ਇਹ ਵੀ ਜੀ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਕੰਪਲੀਟ ਕਰਨਾ ਚਾਹੀਦਾ ਜੀ ਵਿਭਾਗ ਨੂੰ ਜੀ, ਇਹ ਕਿਉਂਕਿ ਤਕਲੀਫ ਬਹੁਤ ਹੁੰਦੀ ਆ ਲੋਕਾਂ ਨੂੰ, ਪਰੇਸ਼ਾਨੀ ਬਹੁਤ ਆਈ ਆਉਣ ਜਾਣ 'ਚ, ਕਿਉਂਕਿ ਸਿੰਗਲ ਰੋਡ ਆ, ਡਬਲ ਟ੍ਰੈਫਿਕ ਜ਼ਿਆਦਾ ਰੋਡ 'ਤੇ, ਪਟਿਆਲਾ ਮੇਨ ਰੋਡ ਹਾਈਵੇ ਸਰਹੰਦ ਤੋਂ, ਅਤੇ ਜਿਹੜੇ ਦਰਖਤ ਕੱਟੇ ਜਾਂਦੇ ਇਹਨਾਂ ਨੂੰ ਵੀ ਥੋੜ੍ਹੀ ਮੋਟੀ ਸਰਕਾਰ ਨੂੰ ਸੋਚਣਾ ਚਾਹੀਦਾ, ਜਿਹੜਾ ਵਿਭਾਗ ਆ ਜੰਗਲਾਤ ਮਹਿਕਮਾ ਜੀ ਆਪਣਾ, ਉਹਨਾਂ ਨੂੰ ਵੀ ਦਰਖਤ ਵਗੈਰਾ ਲਾਉਣੇ ਚਾਹੀਦੇ ਇਹਨਾਂ ਦੇ ਉੱਤੇ, ਜਿੰਨੇ ਕਟਾਈ ਹੁੰਦੀ ਆ ਅਤੇ ਉਹ ਕਿਸੇ ਨਾ ਕਿਸੇ ਪਾਸੇ ਕਰਕੇ ਸੈਟਿੰਗ ਕਰਨੀ ਚਾਹੀਦੀ ਇਹਨਾਂ ਨੂੰ ਜੀ। ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਜੀ, ਕਿਉਂਕਿ ਹੁਣ ਦਿਨ ਪਰ ਦਿਨ ਆਪਾਂ ਦੇਖਦੇ ਰਹਿ ਰਹੇ ਹਾਂ ਜੀ, ਆਪਾਂ ਜਿਹੜਾ ਮੌਸਮ ਉਹ ਚੇਂਜ ਹੀ ਹੋ ਰਿਹਾ ਵਾ ਜ਼ਿਆਦਾ ਤੋਂ ਜ਼ਿਆਦਾ,
ਕਿਉਂਕਿ ਗਰਮੀ ਵੱਧ ਰਹੀ ਹੈ, ਦਰਖਤ ਹੈ ਨਹੀਂ ਆਪਣਾ ਕੋਈ, ਜਿੰਨੇ ਹੈਗਾ ਉਹ ਕੱਟੀ ਜਾਂਦੇ ਆ ਲੋਕ, ਬਾਕੀ ਕੁਛ ਮਹਿਕਮਾ ਹੀ ਇਸ ਚੀਜ਼ ਦਾ ਜ਼ਿੰਮੇਵਾਰ ਹੈਗਾ ਕਿਸੇ ਦਾ ਜੀ। ਸਰਕਾਰ ਅੱਗੇ ਤਾਂ ਬਸ ਇਹੀ ਅਪੀਲ ਆ ਜੀ, ਇਹਨੂੰ ਜਿੰਨੀ ਜਲਦੀ ਹੋ ਸਕਦਾ ਇਹਨੂੰ ਕਵਰ ਕਰਨੀ ਚੀਜ਼ਾਂ ਨੂੰ, ਅਤੇ ਜਿਹੜਾ ਦਰਖਤ ਵਗੈਰਾ ਇਹਨੂੰ ਆਪਣਾ ਜਿੰਨੀ ਜਲਦੀ ਹੋ ਸਕਦਾ, ਤਾਂ ਉਹ ਵੀ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਲੋਕਾਂ ਨੂੰ ਵੀ ਅਪੀਲ ਇਹੀ ਹੈ ਜੀ ਕਿ ਦਰਖਤ ਵੱਧ ਤੋਂ ਵੱਧ ਲਗਾਉਣ, ਅਤੇ ਆ ਸਰਕਾਰ ਅੱਗੇ ਇਹੀ ਅਪੀਲ ਆ ਕਿ ਆਪਣਾ ਜਿਹੜਾ ਸਿਸਟਮ ਆ ਇਹਨੂੰ ਕੰਪਲੀਟ ਜਲਦੀ ਤੋਂ ਜਲਦੀ ਕਰਨੀ। ਸਾਨੂੰ ਤਾਂ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਜੀ ਇਹ ਅਸਲੀ, ਕਿਉਂਕਿ ਸਾਡਾ ਪਿੰਡ ਸਿੱਧੂਵਾਲ ਹੈ ਜੀ, ਸਿੱਧੂਵਾਲ ਕਰਕੇ ਬੱਚਿਆਂ ਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਲੰਘਣ ਦੀ, ਅਤੇ ਆਮ ਸਿਆਣਿਆਂ ਨੂੰ ਵੀ। ਸਾਨੂੰ ਜੇ ਪੁਲ ਹੋਵੇ ਤਾਂ ਮਤਲਬ ਰਸਤਾ ਜੀ ਸਿੱਧਾ ਇਹ ਉਰੇ ਛੇਤੀ ਮਤਲਬ ਲੰਘਦੇ ਆ ਜੀ, ਹੁਣ ਸਾਨੂੰ 1.5 ਕਿਲੋਮੀਟਰ ਉਹ ਤੋਂ ਉੱਪਰ ਦੀ ਆਉਣਾ ਪੈਂਦਾ ਘੁੰਮ ਕੇ ਉੱਪਰ। ਹਾਂਜੀ ਉੱਪਰ ਦੀ ਆਉਣ ਕਰਕੇ ਫਿਰ ਉੱਧਰ ਵੀ ਕੱਟ ਨਹੀਂ ਹੈਗਾ ਜੀ, ਉੱਧਰੋਂ ਟ੍ਰੈਫਿਕ ਬਹੁਤ ਆਉਂਦੀ ਹੈ ਪਟਿਆਲੇ ਵੱਲ ਤੋਂ, ਉੱਥੋਂ ਲੰਘਣਾ ਬਹੁਤ ਮੁਸ਼ਕਲ ਹੈ ਜੀ ਪਰਲੀ ਸਾਈਡ ਤੋਂ। ਅਸੀਂ ਕਹਿੰਦੇ ਵੀ ਇਹ ਕੰਮ ਛੇਤੀ ਤੋਂ ਛੇਤੀ ਸਿਰੇ ਚੜ੍ਹੇ ਜੀ, ਤਾਂ ਕਰਕੇ ਸਾਡੇ ਪਿੰਡ ਨੂੰ ਮਤਲਬ ਆਪਣਾ ਅਸੀਂ ਸੌਖੇ ਲੰਘ ਸਕੀਏ, ਇਸ ਕਰਕੇ ਬਹੁਤ ਔਖਾ ਕੰਮ ਹੈ ਜੀ। ਦਰਖਤਾਂ ਦਾ ਬਹੁਤ ਹੈ ਜੀ, ਦੇਖੋ ਹੁਣ ਆਕਸੀਜਨ ਪਹਿਲੇ ਹੀ ਦਰਖਤ ਘੱਟ ਬਹੁਤ ਨੇ ਜੀ, ਹੁਣ ਇਹਨਾਂ ਨੇ ਕਟਾਈ ਸ਼ੁਰੂ ਕਰਤੀ ਉਹ ਵੀ ਉਹਨਾਂ ਦਰਖਤਾਂ ਦੀ ਜਿਹੜੇ ਪੂਰੇ ਵੱਡੇ ਨੇ, ਬਾਕੀ ਆ ਬਹੁਤ ਅੜਿੱਕਾ ਬਣ ਰਿਹਾ ਰੋਡ ਤੇ ਲੰਘਣ ਵਾਲੇ ਟ੍ਰੈਫਿਕ ਨੂੰ ਵੀ, ਇਹ ਕੰਮ ਇਹਨਾਂ ਵਾਸਤੇ ਗਲਤ ਹੈ। ਹਾਂਜੀ ਹਾਂ ਜਿੰਨੇ ਹੁਣ ਚਲੋ ਜੇ ਕੱਟੇ ਨੇ ਇਹ ਆਪਣੇ ਜੀ ਆਪਣੇ ਲੱਗਣੇ ਚਾਹੀਦੇ ਨੇ ਦੁਬਾਰਾ, ਤੇ ਹੁਣ ਟਾਈਮ ਵੀ ਹੈਗਾ ਲਾਉਣ ਵਾਲਾ ਬਰਸਾਤ ਦਾ ਸਮਾਂ, ਆਪਾਂ ਤਾਂ ਕੱਟੇ ਹੀ ਜਾਣੇ ਚਾਹੀਦੇ ਨਹੀਂ ਸੀਗੇ ਜੀ। ਇਹ ਜੀ ਹੋ ਗਿਆ ਹਫ਼ਤਾ, ਹਫ਼ਤੇ ਵਧੇ ਹੋ ਗਿਆ ਜੀ, 10 ਦਿਨ ਹੋ ਗਿਆ ਚੱਲਦੇ ਨੂੰ। ਇਹ ਸਰਹੰਦ ਪਟਿਆਲਾ ਰੋਡ ਹੈ ਜੀ, ਇਹਦਾ ਬਹੁਤ ਕਾਫੀ ਟਾਈਮ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ, ਕੋਈ ਇੱਥੇ ਉਹ ਨਹੀਂ ਹੋ ਰਿਹਾ, ਬਹੁਤ ਹੌਲੀ ਇਹਨਾਂ ਦਾ ਕੰਮ ਹੋ ਰਿਹਾ। ਜਿਹੜਾ ਪਹਿਲਾਂ ਇਹ ਵਿੱਚ ਨੂੰ ਫੜੇ ਗਿਆ ਸੀ ਸਿੱਧੂਵਾਲ ਦੇ ਜਿਹੜੇ ਪਿੰਡ ਦੇ ਲੋਕ ਨੇ, ਇਹਨਾਂ ਨੂੰ ਬਹੁਤ ਘਾਟਾ ਪਿਆ ਇਹਦਾ, ਇੰਨਾ ਬਹੁਤ ਅਸਰ ਪਊਗਾ ਜੀ। ਜਿਵੇਂ ਸਾਰੇ ਰੋਡ ਸੀਗੇ ਪਹਿਲਾਂ ਵਾਲੇ ਆਪਣੇ, ਸਾਰਿਆਂ ਦੇ ਦਰਖਤ ਵੱਢਤੇ, ਹੁਣ ਆਹ ਇੱਕ ਰੋਡ ਰਹਿ ਗਿਆ ਸੀਗਾ ਇਹਦੇ ਵੀ ਵੱਢਣ ਲੱਗ ਗਏ, ਇਹਨਾਂ ਆਪਣੇ ਜਿਹੜੇ ਵਾਤਾਵਰਨ ਨੂੰ ਬਹੁਤ ਅਸਰ ਪਊਗਾ ਅੱਗੇ ਜਾ ਕੇ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜਲਦ ਆ ਕੰਮ ਪੂਰਾ ਕੀਤਾ ਜਾਵੇ, ਵੱਧ ਤੋਂ ਵੱਧ ਦਰਖਤ ਲਾਏ ਜਾਣ, ਅਤੇ ਆਪਣਾ ਜੋ ਵੀ ਆ ਨਹਿਰਾਂ ਦਾ ਕੰਮ ਆ ਇਹਨਾਂ ਦੀ ਸਾਫ਼ ਸਫਾਈ ਦੁਬਾਰੇ ਹੋਵੇ। ਮੋਹਨ ਸਿੰਘ ਆ ਜੀ, ਦੇਖੋ ਦਰਖਤਾਂ ਦੀ ਕਟਾਈ ਦਾ ਤਾਂ ਹੋਰ ਤਾਂ ਗਲਤ ਹੀ ਰਿਹਾ ਕੰਮ, ਪਹਿਲਾਂ ਹੀ ਬਹੁਤ ਦਰਖਤ ਜਾਣੀ ਘੱਟ ਨੇ, ਮੀਂਹ ਘੱਟ ਪੈਂਦੇ ਨੇ, ਗਰਮੀ ਇਹਨਾਂ ਕਰਕੇ ਹੀ ਵੱਧ ਪੈਂਦੀ ਹੈ, ਅਤੇ ਆਹ ਜਿਹੜਾ ਆ ਪੁਲ ਦਾ ਕੰਮ ਹੈ ਇਹ ਵੀ ਜਲਦੀ ਜਲਦੀ, ਅਤੇ ਕੱਲ੍ਹ 2 ਐਕਸੀਡੈਂਟ ਹੋਏ ਨੇ, ਬੜਾ ਨੁਕਸਾਨ ਹੋ ਰਿਹਾ, ਇਹਦਾ ਵੀ ਪੁਲ ਦਾ ਜਲਦੀ ਤੋਂ ਜਲਦੀ ਕੰਮ ਹੋਣਾ ਚਾਹੀਦਾ। ਹਾਂ ਸਿੰਗਲ ਰੋਡ ਕਰਕੇ ਜ਼ਿਆਦਾ ਹੁੰਦੇ ਨੇ ਜੀ ਟ੍ਰੈਫਿਕ, ਸਰਕਾਰ ਤੋਂ ਤਾਂ ਇਹੀ ਮੰਗ ਹੈ ਵੀ ਤਾਂ ਜਲਦੀ ਜਲਦੀ ਕੋਈ ਆ ਦਰਖਤਾਂ ਨੂੰ ਵੀ ਥੋੜ੍ਹਾ ਜਿਹਾ ਬਚਾਇਆ ਜਾਵੇ। ਠੀਕ ਹੈ ਜੀ, ਜਿਹੜੇ ਹੁਣ ਕੱਟੇ ਗਏ ਜੀ ਫਿਰ ਇਹਦਾ ਹੱਲ ਕੀ ਹੈ? ਇਹ ਕੱਟੇ ਗਏ ਤਾਂ ਹੱਲ ਤਾਂ ਆਇਆ ਵੀ ਇਹਨਾਂ ਨੂੰ ਜਲਦੀ ਜਲਦੀ ਪਰੇ ਕਰਕੇ ਟ੍ਰੈਫਿਕ ਖੋਲ੍ਹੀ ਜਾਵੇ ਪੂਰੀ, ਐਨ ਇੱਥੇ ਦਰਖਤਾਂ ਕੋਲ ਐਕਸੀਡੈਂਟ ਹੋਇਆ ਕੱਲ੍ਹ। ਅੱਛਾ ਜੀ, ਹਾਂਜੀ ਹਾਂਜੀ।